ਅਲਬਰਟਾ ਦੇ ਵਿੱਚ ਹੁਣ ਨਵਾਂ ਸਿਸਟਮ ਇੰਟਰੋਡਿਊਸ ਕਰ ਰਹੀ ਹੈ ਗਵਰਨਮੈਂਟ ਐਕਸਪ੍ਰੈਸ਼ਨ ਆਫ ਇੰਟਰਸਟ ਓਕੇ ਉਹ ਸਪਟੈਂਬਰ 30 ਤੋਂ ਸਪਟੈਂਬਰ 3 ਤੋ ਸ਼ੁਰੂ ਕਰ ਰਹੇ ਨੇ ਅੱਛਾ ਉਹਦੇ ਵਿੱਚ ਆਬਵੀਅਸਲੀ ਜਿਹੜਾ ਕੋਈ ਵੀ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਕ੍ਰਾਈਟੇਰੀਆ ਸੇਮ ਹੀ ਹੁੰਦਾ ਵੀ ਤੁਹਾਡੀ ਏਜ ਕਿੰਨੀ ਹੈ ਐਜੂਕੇਸ਼ਨ ਕੀ ਹੈ ਐਕਸਪੀਰੀਅੰਸ ਕੀ ਹੈ ਇੰਗਲਿਸ਼ ਫ੍ਰੈਂਚ ਉਹ ਸਾਰੇ ਤੁਹਾਡੇ ਫੈਮਿਲੀ ਦੇ ਫੈਕਟਰਸ ਪਰ ਏਜ ਦਾ ਉਹਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਪੁਆਇੰਟਸ ਦਾ ਹਮ ਹਮ ਪਰ ਓਬਵੀਅਸਲੀ ਜਿਹੜਾ ਜਿੰਨਾ ਯੰਗ ਹੋਗੇ ਉਹਨਾਂ ਤੁਹਾਨੂੰ ਬੈਨੀਫਿਟ ਹੋਏਗਾ ਜੀ ਸੋ ਇਹ ਨਵਾਂ ਸਿਸਟਮ ਹੁਣ ਲਾਂਚ ਕਰ ਰਹੇ ਨੇ ਸੈਪਟੈਂਬਰ 30 ਨੂੰ ਤੇ ਉਹਦੇ ਵਿੱਚ ਹੁਣ ਕੋਈ ਵੀ ਜਿਹੜਾ ਵੀ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਅਲਬਰਟਾ ਦੀ ਵੈਬਸਾਈਟ ਤੇ ਜਾ ਸਕਦੇ ਹੋ ਹਮ ਹਮ ਉਹਦੇ ਤੇ ਸਾਰੀ ਡੀਟੇਲ ਹੈਗੀ ਹੈ ਉਹਨਾਂ ਨੇ ਇੱਕ ਕ੍ਰੈਡਿਟ ਸਿਸਟਮ ਦਿੱਤਾ ਹੋਇਆ ਪੁਆਇੰਟਸ ਦਾ ਠੀਕ ਹੈ 100 ਮੈਕਸਮ ਪੁਆਇੰਟਸ ਨੇ ਉਹਦੇ ਵਿੱਚ ਉਹਨਾਂ ਨੇ ਪੂਰੀ ਡੀਟੇਲ ਦਿੱਤੀ ਹੋਈ ਹੈ ਵੀ ਤੁਹਾਡੀ ਏਜ ਦੇ ਕਿੰਨੇ ਪੁਆਇੰਟ ਹੋਣਗੇ ਤੁਹਾਡੇ ਐਕਸਪੀਰੀਅੰਸ ਦੇ ਕਿੰਨੇ ਹੋਣਗੇ ਇੰਗਲਿਸ਼ ਦੇ ਕਿੰਨੇ ਹੋਣਗੇ ਫ੍ਰੈਂਚ ਦੇ ਕਿ ਚੈੱਕ ਕਰ ਸਕਦਾ ਹੈ ਤੇ ਜਿਹੜਾ ਐਕਸਪ੍ਰੈਸ਼ਨ ਆਫ ਇੰਟਰਸਟ ਹੈ ਜਿਹੜਾ ਹੁਣ ਸ਼ੁਰੂ ਹੋਣਾ ਹੈ ਹਮ ਹਮ ਇਹਦੇ ਚ ਇਨੀਸ਼ੀਅਲੀ ਹਜੇ ਕੋਈ ਫੀਸ ਨਹੀਂ ਹੈਗੀ ਗਵਰਨਮੈਂਟ ਵੱਲੋਂ ਓਕੇ ਜਦੋਂ ਤੱਕ ਤੁਹਾਡੀ ਅਪਲੀਕੇਸ਼ਨ ਪਿਕ ਨਹੀਂ ਹੋ ਜਾਂਦੀ ਹਮ ਹਮ ਸੋ ਇਹ ਨਵਾਂ ਹੁਣ ਸਿਸਟਮ ਜਿਹੜਾ ਲਾਂਚ ਹੋਇਆ ਕੇਸ ਕੈਟਾਗਰੀ ਦੇ ਵਿੱਚ ਉਹ ਕਰ ਰਹੇ ਹੈਗੇ ਨੇ ਕਿ ਮੰਗ ਰਹੇ ਐਪਲੀਕੇਸ਼ਨ ਬਈ ਇਦਾਂ ਕੋਈ ਕੈਟਾਗਰੀ ਨਹੀਂ ਹੈਗੀ ਜੀ ਇਟਸ ਓਪਨ ਸੋ ਤੁਸੀਂ ਕੀ ਹੋ ਸਕਦਾ ਤੁਸੀਂ ਪ੍ਰੋਫੈਸ਼ਨਲ ਡਾਕਟਰ ਹੋ ਇੰਜੀਨੀਅਰ ਹੋ ਆਈਟੀ ਦੇ ਹੋ ਫੂਡ ਸਰਵਿਸ ਸੁਪਰਵਾਈਜ਼ਰ ਹੋ ਸਕਦੇ ਹੋ ਕੰਸਟਰਕਸ਼ਨ ਵਰਕਰ ਹੋ ਸਕਦੇ ਕੋਈ ਵੀ ਹੋ ਸਕਦੇ ਓਕੇ ਸੋ ਇਦਾਂ ਉਹਨਾਂ ਨੇ ਕੋਈ ਸਪੈਸੀਫਾਈ ਨਹੀਂ ਕੀਤਾ ਪਰ ਜਿਹੜੀ ਪਿਕ ਹੋਣਗੀ ਐਪਲੀਕੇਸ਼ਨ ਆਬਵੀਅਸਲੀ ਉਹਦੇ ਵਿੱਚ ਉਹ ਕ੍ਰਾਈਟਰੀਆ ਉਹਨਾਂ ਦਾ ਆਪਣਾ ਬੈਕਐਂਡ ਤੇ ਹੋਏਗਾ ਜੋ ਜੋ ਓਕਿਊਪੇਸ਼ਨਲ ਬਰਥ ਡਿਮਾਂਡ ਚ ਹੈਗੀ ਐ ਆਬਵੀਅਸਲੀ ਉਹ ਵਾਲੀਆਂ ਐਪਲੀਕੇਸ਼ਨਾਂ ਪਿਕ ਹੋਣ ਦੇ ਚਾਂਸ ਜਿਹੜੇ ਉਹ ਜ਼ਿਆਦਾ ਹੋਣਗੇ